ਮਾਈਂਡ ਐਪ ਲਰਨਿੰਗ ਹੱਬ ਵਿੱਚ ਤੁਹਾਡਾ ਸਵਾਗਤ ਹੈ। ਚੰਗੀਆਂ ਆਦਤਾਂ, ਸਮੇਂ ਸਿਰ ਸੌਣਾ, ਸਮੇਂ ਸਿਰ ਜਾਗਣਾ ਸਾਨੂੰ ਸਿਹਤਮੰਦ ਅਤੇ ਤੰਦਰੁਸਤ ਰਹਿਣ ਲਈ ਸਮੇਂ ਸਿਰ ਸੌਣਾ ਅਤੇ ਸਮੇਂ ਸਿਰ ਜਾਗਣਾ ਚਾਹੀਦਾ ਹੈ। ਦਿਨ ਵਿੱਚ 2 ਵਾਰ ਆਪਣੇ ਦੰਦਾਂ ਨੂੰ ਬੁਰਸ਼ ਕਰੋ। ਪਾਣੀ ਨੂੰ ਬਰਬਾਦ ਨਾ ਕਰੋ। ਪਾਣੀ ਦੀ ਵਰਤੋਂ ਕਰਨ ਤੋਂ ਬਾਅਦ ਟੂਟੀ ਨੂੰ ਬੰਦ ਕਰ ਦਿਓ। ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸ਼ਨਾਨ ਕਰੋ। ਹਰ ਵਰਤੋਂ ਤੋਂ ਬਾਅਦ ਟੋਇਲਟ ਨੂੰ ਹਮੇਸ਼ਾ ਫਲੱਸ਼ ਕਰੋ। ਫਿਰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਬਿਮਾਰੀਆਂ ਤੋਂ ਬਚਣ ਲਈ ਆਪਣੇ ਨਹੁੰ ਨਿਯਮਿਤ ਤੌਰ 'ਤੇ ਕੱਟੋ। ਆਪਣੇ ਕੰਨ ਨਿਯਮਿਤ ਤੌਰ 'ਤੇ ਸਾਫ ਕਰੋ। ਆਪਣੇ ਵਾਲਾਂ ਨੂੰ ਤੇਲ ਲਗਾਓ ਅਤੇ ਦਿਨ ਵਿੱਚ 2 ਵਾਰ ਕੰਘੀ ਕਰੋ। ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਧੋਵੋ। ਤਾਜ਼ਾ ਤੇ ਸਿਹਤਮੰਦ ਭੋਜਨ ਖਾਓ। ਭੋਜਨ ਨੂੰ ਚੰਗੀ ਤਰ੍ਹਾਂ ਚਿੱਥ ਕੇ ਖਾਓ। ਭੋਜਨ ਕਰਨ ਸਮੇਂ ਕਾਹਲੀ ਨਾ ਕਰੋ। ਆਰਾਮ ਨਾਲ ਹੌਲੀ ਹੌਲੀ ਚਿੱਥ ਕੇ ਭੋਜਨ ਕਰੋ। ਭੋਜਨ ਨੂੰ ਬਰਬਾਦ ਨਾ ਕਰੋ। ਆਪਣਾ ਭੋਜਨ ਪੂਰਾ ਖਤਮ ਕਰੋ। ਵੱਧ ਤੋਂ ਵੱਧ ਪਾਣੀ ਪੀਓ। ਪਾਣੀ ਸਾਡੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਕਸਰਤ ਕਰੋ। ਕਸਰਤ ਕਰਨ ਨਾਲ ਸਰੀਰ ਤੰਦਰੁਸਤ ਅਤੇ ਸਿਹਤਮੰਦ ਬਣਿਆ ਰਹਿੰਦਾ ਹੈ। ਨਿਯਮਿਤ ਤੌਰ 'ਤੇ ਅਧਿਐਨ ਕਰੋ। ਰੋਜ਼ਾਨਾ ਸਕੂਲ ਜਾਓ ਅਤੇ ਆਪਣੇ ਗਿਆਨ ਵਿੱਚ ਵਾਧਾ ਕਰੋ। ਆਪਣੇ ਡੈਸਕ ਨੂੰ ਚੰਗੀ ਤਰ੍ਹਾਂ ਵਿਵਸਥਿਤ ਕਰੋ। ਆਪਣਾ ਪੜ੍ਹਾਈ ਵਾਲਾ ਮੇਜ ਸਾਫ ਸੁਥਰਾ ਰੱਖੋ। ਸਾਫ ਸੁਥਰੇ ਅਤੇ ਇਸਤਰੀ ਕੀਤੇ ਕੱਪੜੇ ਪਹਿਨੋ। ਕੂੜਾ ਹਮੇਸ਼ਾ ਕੂੜੇਦਾਨ ਵਿੱਚ ਸੁੱਟੋ। ਆਪਣੇ ਪਰਿਵਾਰ ਨੂੰ ਸਦਾ ਹੀ ਪਿਆਰ ਕਰੋ। ਉਹਨਾਂ ਦੇ ਸਦਾ ਸ਼ੁਕਰਗੁਜ਼ਾਰ ਰਹੋ। ਚੰਗੇ ਅਤੇ ਦਿਆਲੂ ਬਣੋ।
ਕਦੇ ਵੀ ਦੂਜਿਆਂ ਨਾਲ ਬੇਰਹਿਮੀ ਨਾਲ ਪੇਸ਼ ਨਾ ਆਓ। ਵੰਡ ਕੇ ਛਕੋ। ਸਾਨੂੰ ਦੂਜਿਆਂ ਨਾਲ ਵੰਡ ਕੇ ਭੋਜਨ ਛਕਣਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜਿਕ ਸੰਬੰਧ ਚੰਗੇ ਹੋ ਸਕਣ। ਆਪਣੇ ਕਮਰੇ ਨੂੰ ਸਾਫ ਸੁਥਰਾ ਰੱਖੋ। ਆਪਣੇ ਖਿਡੌਣਿਆਂ ਨੂੰ ਚੰਗੀ ਤਰ੍ਹਾਂ ਸੰਗਠਿਤ ਰੱਖੋ। ਹਮੇਸ਼ਾ ਆਪਣੀ ਅਲਮਾਰੀ ਨੂੰ ਵਿਵਸਥਿਤ ਕਰੋ। ਰੋਜ਼ਾਨਾ ਪ੍ਰਾਰਥਨਾ ਕਰੋ। ਜੋ ਕੁਝ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ ਉਸ ਲਈ ਸਦਾ ਉਸ ਦਾ ਸ਼ੁਕਰਾਨਾ ਕਰੋ। ਕੰਧਾਂ ਨੂੰ ਸਾਫ ਸੁਥਰਾ ਰੱਖੋ। ਕੰਧਾਂ ਉੱਤੇ ਕਾਟੇ ਨਹੀਂ ਮਾਰਨੇ ਚਾਹੀਦੇ ਅਤੇ ਨਾ ਹੀ ਕੁਝ ਲਿਖਣਾ ਚਾਹੀਦਾ ਹੈ। ਆਪਣੀਆਂ ਕਿਤਾਬਾਂ ਨੂੰ ਚੰਗੀ ਹਾਲਤ ਵਿੱਚ ਰੱਖੋ। ਆਪਣੀਆਂ ਕਿਤਾਬਾਂ ਨੂੰ ਨੁਕਸਾਨ ਨਾ ਪਹੁੰਚਾਓ। ਉਹਨਾਂ ਨੂੰ ਸਾਫ ਅਤੇ ਸੰਗਠਿਤ ਰੱਖੋ। ਆਪਣੇ ਕਲਾਸਰੂਮ ਨੂੰ ਹਮੇਸ਼ਾ ਸਾਫ ਸੁਥਰਾ ਰੱਖੋ। ਜਾਨਵਰਾਂ ਨੂੰ ਨੁਕਸਾਨ ਨਾ ਪਹੁੰਚਾਓ। ਜਾਨਵਰਾਂ ਨੂੰ ਪਿਆਰ ਕਰੋ, ਉਹਨਾਂ ਨੂੰ ਦੁੱਖ ਨਾ ਦਿਓ। ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖੋ। ਸਾਨੂੰ ਆਪਣਾ ਘਰ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਸਦਾ ਸੱਚ ਬੋਲੋ। ਸਾਨੂੰ ਆਪਣੇ ਮਾਤਾ ਪਿਤਾ ਤੋਂ ਕੁਝ ਵੀ ਛੁਪਾਉਣਾ ਨਹੀਂ ਚਾਹੀਦਾ। ਮਾਤਾ ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰੋ। ਉਹਨਾਂ ਨੂੰ ਸਵੇਰੇ, ਦੁਪਹਿਰ ਅਤੇ ਰਾਤ ਨੂੰ ਸਤਿ ਸ਼੍ਰੀ ਅਕਾਲ ਬੁਲਾਓ। ਬੋਲਣ ਵੇਲੇ ਸਦਾ ਜਾਦੂਈ ਸ਼ਬਦਾਂ ਦਾ ਪ੍ਰਯੋਗ ਕਰੋ। ਧੰਨਵਾਦ। ਜੇਕਰ ਤੁਹਾਨੂੰ ਕਿਸੇ ਨੇ ਕੁਝ ਦਿੱਤਾ ਹੈ, ਕਿਰਪਾ ਕਰਕੇ ਜੇਕਰ ਤੁਹਾਨੂੰ ਕੁਝ ਚਾਹੀਦਾ ਹੈ, ਮੁਆਫ਼ੀ ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ। ਹਮੇਸ਼ਾ ਦੂਜਿਆਂ ਦੀ ਮਦਦ ਕਰੋ। ਅਜਨਬੀ ਨਾਲ ਗੱਲ ਨਾ ਕਰੋ। ਅਜਨਬੀ ਖਤਰਾ ਹੋ ਸਕਦੇ ਹਨ। ਹਮੇਸ਼ਾ ਸੁਚੇਤ ਰਹੋ ਅਤੇ ਸੁਰੱਖਿਅਤ ਰਹੋ। ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।